ਨਸ਼ੇ ਦੀ ਸਮੱਸਿਆ 'ਤੇ ਠੱਲ ਪਾਉਣ ਲਈ ਉੱਤਰ ਭਾਰਤ ਦੇ ਰਾਜ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਅਤੇ ਅੱਜ ਇੱਕ ਵਾਰ ਫਿਰ ਦੂਸਰੀ ਵਾਰ ਉੱਤਰ ਭਾਰਤ ਦੇ ਮੁੱਖ ਮੰਤਰੀ ਇੱਕਜੁੱਟ ਹੋ ਕੇ ਇਸ ਦੇ ਖਾਤਮੇ ਲਈ ਜਿਹੜਾ ਮੰਥਨ ਕਰ ਰਹੇ ਨੇ। ਅਸੀਂ ਇਸ ਵੇਲੇ ਮੌਜੂਦ ਹਾਂ ਚੰਡੀਗੜ੍ਹ ਦੇ ਸੈਕਟਰ 17 ਹੋਟਲ ਤਾਜ, ਜਿੱਥੇ ਉੱਤਰ ਭਾਰਤ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਜਿਹੜੀ ਹੈ ਇੱਕ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਨੂੰ ਪੰਜਾਬ ਵੱਲੋਂ ਜਿਹੜਾ ਹੋਸਟ ਕੀਤਾ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ, ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਦਿੱਲੀ ਦੇ ਜਿਹੜੇ ਪੁਲਿਸ ਕਮਿਸ਼ਨਰ ਹੈ ਉਹ ਅਤੇ ਚੰਡੀਗੜ੍ਹ ਦੇ DGP ਸੰਜੇ ਬੇਨੀਪਾਲ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੈ। ਅਸ਼ੋਕ ਗਹਿਲੋਤ ਰਾਜਸਥਾਨ ਦੇ ਜਿਹੜੇ CM ਹੈ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਹੇ ਨੇ ਅਤੇ ਇਹ ਇਸ ਮੀਟਿੰਗ ਦਾ ਮੁੱਖ ਮਕਸਦ ਜਿਹੜਾ ਲਗਾਤਾਰ ਜਿਹੜੇ ਨਸ਼ੇ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਜਿਹੜੇ ਨੌਜਵਾਨ ਹੈ ਉਹ ਇਸ ਦੀ ਲੱਤ ਦੇ ਵਿੱਚ ਜਾ ਰਹੇ ਅਤੇ ਉਸਨੂੰ ਕਿਵੇਂ ਖਤਮ ਕਰਨਾ ਹੈ ਅਤੇ ਕਿਸ ਤਰੀਕੇ ਦੀ ਚਰਚਾ ਕਰਨੀ, ਉਹ ਸਾਰੀ ਇੱਕ ਸਟ੍ਰੈਟੇਜੀ ਇਸ ਮੰਥਨ ਦੇ ਵਿੱਚ ਕੀਤਾ ਜਾਏਗਾ। ਇਹ ਦੂਸਰੀ ਕਾਨਫਰੰਸ ਹੈਗੀ, ਇਸ ਤੋਂ ਪਹਿਲਾਂ ਹਰਿਆਣਾ ਵੱਲੋਂ ਇੱਕ ਕਾਨਫਰੰਸ ਆਯੋਜਿਤ ਕੀਤੀ ਗਈ ਸੀ, ਤਦ ਵੀ ਇਸ ਨੂੰ ਲੈ ਕੇ ਜਿਹੜੀ ਕਾਫੀ ਕੋਸ਼ਿਸ਼ਾਂ ਕੀਤੀਆਂ ਗਈ ਸੀ। ਹੁਣ ਤੋਂ ਕੁਝ ਦੇਰ ਪਹਿਲਾਂ ਜਿਹੜਾ ਇੱਕ DGP ਲੈਵਲਸ ਦੀ ਵੀ ਇੱਕ ਮੀਟਿੰਗ ਹੋਈ ਸੀਗੀ ਜਿਹਦੇ ਵਿੱਚ ਸਾਰੇ ਸੂਬਿਆਂ ਦੇ ਪੁਲਿਸ ਦੇ ਅਧਿਕਾਰੀਆਂ ਨੇ ਮੰਥਨ ਕੀਤਾ ਸੀਗਾ ਅਤੇ ਲਗਾਤਾਰ ਜਿਹੜਾ ਡਰੱਗਸ ਦਾ ਇਸ਼ੂ ਹੈਗਾ ਉਸਨੂੰ ਕਿਵੇਂ ਖਤਮ ਕਰਨਾ ਹੈ, ਕਿਉਂਕਿ ਲਗਾਤਾਰ ਪੈਰ ਪਸਾਰ ਰਿਹਾ ਜਿਹੜਾ ਨਸ਼ਾ ਉਹ ਪੂਰੇ ਉੱਤਰ ਭਾਰਤ ਨੂੰ ਆਪਣੀ ਚਪੇਟ ਦੇ ਵਿੱਚ ਲੈ ਰਿਹਾ। ਉਸ ਨੂੰ ਠੱਲ ਪਾਉਣ ਲਈ ਜਿਹੜੀ ਹੈ ਇਹ ਕੋਸ਼ਿਸ਼ਾਂ ਕੀਤੀ ਜਾ ਰਹੀਆਂ। ਆਪਣੇ ਲੈਵਲ 'ਤੇ ਹੀ ਸਾਡੇ ਜਿਹੜੇ ਸੂਬੇ ਹੈ ਉਹ ਕਿਸ ਤਰੀਕੇ ਨਾਲ ਇਸ ਦਾ ਖਾਤਮਾ ਕਰ ਰਹੇ ਉਹਦੇ ਬਾਰੇ ਵੀ ਇਸ ਕਾਨਫਰੰਸ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ। ਅਤੇ ਪਿਛਲੀ ਜਿਹੜੀ ਮੀਟਿੰਗ ਹੋਈ ਸੀ ਉਸ ਵਿੱਚ ਇਸ ਦੇ ਕਾਰਨਾਂ ਦੇ ਉੱਤੇ ਜਿਹੜੀ ਹੈ ਉਹ ਜਿਹੜੀ ਉਹ ਇੱਕ ਦੂਸਰੇ ਸੂਬੇ ਵੱਲੋਂ ਜਾਣਕਾਰੀ ਦਿੱਤੀ ਸੀ ਗਈ ਸੀ ਕਿ ਉਹਨਾਂ ਦੇ ਰਾਜ ਸੂਬਿਆਂ ਦੇ ਵਿੱਚ ਕਿੰਨਾ ਕਾਰਨਾਂ ਦੇ ਕਾਰਨ ਨਸ਼ਾ ਜਿਹੜਾ ਪ੍ਰਫੁੱਲਤ ਹੋ ਰਿਹਾ। ਅਤੇ ਅੱਜ ਵੀ ਇੱਕ ਵਾਰ ਫਿਰ ਜਿਹੜੇ ਨਸ਼ੇ ਦੇ ਖਾਤਮੇ ਨੂੰ ਲੈ ਕੇ ਇੱਕ ਵਾਰ ਸਾਰੇ ਜਿਹੜੇ ਮੁੱਖ ਮੰਤਰੀ ਹੈ ਸੂਬਿਆਂ ਉੱਤਰ ਭਾਰਤ ਦੇ ਸੂਬਿਆਂ ਦੇ ਮੁੱਖ ਮੰਤਰੀ ਉਹ ਇੱਕਜੁੱਟ ਹੋਏ ਨੇ ਅਤੇ ਇਸ ਦੇ ਉੱਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ, ਮੰਥਨ ਕੀਤਾ ਜਾ ਰਿਹਾ। ਪੰਜਾਬ ਜਿਹੜਾ ਕਿ ਨਸ਼ੇ ਨੂੰ ਲੈ ਕੇ ਕਾਫੀ ਬਦਨਾਮ ਹੈ ਪੰਜਾਬ ਦੇ ਨਾਲ, ਹੁਣ ਇਹ ਸਾਰਾ ਜਿਹੜਾ ਨਸ਼ਾ ਉਹ ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ, ਉੱਤਰਾਖੰਡ, ਰਾਜਸਥਾਨ ਦੇ ਵਿੱਚ ਲਗਾਤਾਰ ਆਪਣੇ ਪਸਾਰ ਰਿਹਾ। ਉਸੇ ਨੂੰ ਦੇਖਦੇ ਹੋਏ ਹੁਣ ਜਿਹੜੇ ਸੂਬੇ ਉਹ ਕਾਫੀ ਜ਼ਿਆਦਾ ਚਿੰਤਤ ਨਜ਼ਰ ਆ ਰਹੇ ਹੈ ਉਸ ਦੇ ਇਰੇਡੀਕੇਸ਼ਨ ਲਈ, ਯਾਨੀ ਕਿ ਉਸ ਦੇ ਖਾਤਮੇ ਲਈ ਕੀ ਕਦਮ ਚੱਕੇ ਜਾਣਗੇ, ਇਸ ਨੂੰ ਲੈ ਕੇ ਇਸ ਕਾਨਫਰੰਸ ਦੇ ਵਿੱਚ ਮੰਥਨ ਕੀਤਾ ਜਾ ਰਿਹਾ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।